ਇਹਨਾਂ ਗੱਲਾਂ ਦਾ ਨੁਕਸਾਨ ਇਹ ਹੋਇਆ ਝੂਠ ਦਾ ਕਿ ਸਿੱਖ ਵਿਸ਼ਵਾਸ ਚੱਕਿਆ ਗਿਆ, ਕਬਰਾਂ ਤੇ ਜਾਣ ਲੱਗ ਗਏ, ਬੜੀਆਂ ਜੋ ਛਡਾਇਆ ਤਾਂ ਉਹ ਸਾਰੇ ਕੰਮ ਕਰਨ ਲੱਗ ਗਏ। ਕੋਈ ਜਿਹੋ ਜਿਹਾ ਉੱਥੇ ਝੂਠ ਬੋਲਿਆ ਜਾਂਦਾ, ਉਹੋ ਜਿਹਾ ਗੁਰਦੁਆਰੇ ਚ ਬੋਲਿਆ ਜਾਂਦਾ ਝੂਠ। ਦੁਕਾਨਾਂ ਸਾਰੀਆਂ ਚੱਲ ਪਈਆਂ, ਉਹਨਾਂ ਦੀਆਂ ਸਗੋਂ ਵਧੀਆ ਚੱਲ ਪਈਆਂ ਦੁਕਾਨਾਂ ਦੂਜਿਆਂ ਦੀਆਂ। ਗੁਰਦੁਆਰੇ ਨੀ ਹੁੰਦੇ ਆਦਮੀ ਜਿੰਨੇ ਉਹ ਵੀਰਵਾਰ ਨੂੰ ਆਉਂਦੇ ਨੇ, ਇਹਨਾਂ ਦੇ ਪੀਰਾਂ ਦੇ ਗੁਰਦੁਆਰੇ ਨੀ ਜਾਂਦੇ ਇੰਨੇ, ਉੱਥੇ ਮੇਲਾ ਲੱਗਿਆ ਹੁੰਦਾ ਕਬਰਾਂ ਦੇ, ਔਰ ਸਿੱਖ ਹੁੰਦੇ ਨੇ ਸਾਰੇ। ਜੇ ਸੱਚ ਦਾ ਪ੍ਰਚਾਰ ਕਰਦੇ ਵੀ ਕਿਦੋਂ ਨੀ ਮਿਲਦਾ ਕੁਛ, ਸਿਰਫ ਨਾਨਕ ਕਰ ਕੇਵਲ ਨਾਮ, ਨਾਨਕ ਕਹਿੰਦਾ ਮੇਰੇ ਕੋਲ ਆਇਓ ਜਿਹਨੂੰ ਨਾਮ ਚਾਹੀਦਾ। ਲੋਭੀ ਕਾ ਵਸਾ ਨਾ ਕੀਜੇ, ਜਿਹੜਾ ਹੋਰ ਲੋਭੀ ਹੈ ਨਾ ਉਹਦਾ ਭਰੋਸਾ ਨਾ ਕਰਿਓ, ਉਹਨੂੰ ਬੜਨੇ ਨਾ ਦਿਓ, ਇੱਥੇ ਉਹਦੇ ਨਾਲ ਅਰਦਾਸ ਕਰ ਦਿਓ।